ਅਸਲਾਮ ਅਲੈਕਮ ਜੀ, ਵੇਖੋ ਪੰਜਾਬ ਚੈਨਲ 'ਤੇ ਜੀਆਂ ਨੂੰ ਜਿਉਂਦੇ ਵਸਦੇ ਰਹੋ, ਅੱਲਾਹ ਪਾਕ ਤੁਹਾਨੂੰ ਬਹੁਤ ਖੁਸ਼ੀਆਂ ਦੇ, ਸਲਾਮਤ ਰੱਖੇ, ਮਾਲਜੀਆਂ ਦੀ ਖੈਰ ਹੋਏ। ਅੱਜ ਇੱਕ ਅਹਿਮ ਟੋਟਕਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾਂ ਜੀ, ਕਿ ਜਿਨ੍ਹਾਂ ਲੋਕਾਂ ਦੇ ਦੰਦ ਜਿਹੜੇ ਨੇ ਨਾ ਉਹ ਹਿਲਦੇ ਨੇ ਮਸੂੜਿਆਂ ਦੀ ਵਜ੍ਹਾ ਤੋਂ, ਮਸੂੜੇ ਫੁੱਲ ਜਾਂਦੇ ਨੇ ਉਹਨਾਂ 'ਚ, ਪੀਪ ਰੇਸ਼ਾ ਨਿਕਲਦਾ ਹੈ, ਜਾਂ ਜ਼ਰਾ ਕੁ ਬੁਰਸ਼ ਕਰਨ, ਮਸਵਾਕ ਕਰਨ ਅਤੇ ਉਹਦੇ ਨਾਲ ਬਹੁਤ ਜ਼ਿਆਦਾ ਖੂਨ ਨਿਕਲਦਾ ਹੈ, ਫਿਰ ਜਾਂ ਫੁੱਲ ਕੇ ਵਿੱਚ ਰੇਸ਼ਾ ਪੈ ਜਾਂਦਾ ਹੈ, ਯਾਨੀ ਕਿ ਫਿਰ ਤੁਹਾਨੂੰ ਪਤਾ ਨਾ, ਜਦੋਂ ਮਸੂੜੇ ਐਵੇਂ ਫੁੱਲਦੇ ਨੇ ਫਿਰ ਆਸਤਾ ਆਸਤਾ ਜਿਹੜੇ ਦੰਦ ਨੇ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ ਨੇ। ਕਿਸੇ ਵੀ ਦਰੱਖਤ ਦੀਆਂ ਜਦੋਂ ਉਹਦੀਆਂ ਜੜ੍ਹਾਂ ਜਿਹੜੀਆਂ ਨੇ ਪੋਲੀਆਂ ਕਰ ਦਿੱਤੀਆਂ ਜਾਂਦੀਆਂ ਨਾ ਮਿੱਟੀ ਨਾਲ, ਫਿਰ ਤੁਹਾਨੂੰ ਪਤਾ ਦਰੱਖਤ ਵੀ ਢਹਿ ਜਾਂਦੇ ਨੇ। ਇਸੇ ਤਰ੍ਹਾਂ ਦੰਦਾਂ ਦਾ ਹਿਸਾਬ ਹੈ ਕਿ ਜਿੰਨੀ ਦੇਰ ਇਹਨਾਂ ਦੀਆਂ ਜੜ੍ਹਾਂ ਜਿਹੜੇ ਮਸੂੜੇ ਮਜ਼ਬੂਤ ਰਹਿਣਗੇ ਨਾ, ਤੁਹਾਡੇ ਦੰਦ ਵੀ ਇਨਸ਼ਾਅੱਲਾ ਮਜ਼ਬੂਤ ਰਹਿਣਗੇ। ਅਤੇ ਕਰਨਾ ਤੁਸੀਂ ਕੀ, ਆਸਾਨ ਸਾਦਾ ਟੋਟਕਾ ਜਿਹਦੇ 'ਤੇ ਕੋਈ ਬਹੁਤੇ ਪੈਸੇ ਨਹੀਂ ਲੱਗਣੇ, ਬਲਕਿ ਨਹੀਂ ਲੱਗਣੇ ਪੈਸੇ। ਰਾਤ ਨੂੰ ਸੌਣ ਲੱਗਿਆ ਜਦੋਂ ਸਮਝਿਆ ਕਿ ਹੁਣ ਤੁਸੀਂ ਸੌਣਾ, ਕੋਈ ਚੀਜ਼ ਨਹੀਂ ਖਾਣੀ, ਉੱਤੋਂ ਕਰਨਾ ਤੁਸੀਂ ਕੀ, ਇੱਕ ਗਲਾਸ ਪਾਣੀ ਲੈਣਾ, ਉਹਦੇ 'ਚ ਇੱਕ ਨਿੰਬੂ ਜਿਹੜਾ ਨਾ ਉਹਨੂੰ ਤੁਸੀਂ ਕੱਟ ਕੇ ਨਿਚੋੜ ਲੈਣਾ, ਨਿਚੋੜ ਕੇ ਉਹਦੀਆਂ ਕੁਲੀਆਂ ਕਰਨੀਆਂ, ਕਰੂਲੀਆਂ ਕਰਨੀਆਂ ਨੇ, ਤੁਸੀਂ ਪੀਣਾ ਨਹੀਂ, ਸਿਰਫ ਕਰੂਲੀਆਂ ਕਰਨੀਆਂ ਨੇ, ਠੀਕ ਹੈ। ਉਹ ਇੱਕ ਗਲਾਸ ਪਾਣੀ ਦੀਆਂ ਕਰੂਲੀਆਂ ਤੁਸੀਂ ਕਰੋ। ਇਸ ਅਮਲ ਨੂੰ ਤੁਸੀਂ ਅਗਰ ਇੱਕ ਹਫ਼ਤਾ 7 ਦਿਨ ਕਰ ਜਾਂਦੇ ਹੋ ਨਾ, ਇਨਸ਼ਾਅੱਲਾ ਤਾਲਾ ਵੇਖਣਾ ਜਿਹੜੇ ਤੁਹਾਡੇ ਦੰਦਾਂ ਦੇ ਜਿਹੜੇ ਮਸਾਇਲ ਨੇ ਸਾਰੇ ਹੱਲ ਹੋ ਜਾਣਗੇ। ਜਿਹੜੇ ਮਸੂੜਿਆਂ ਦੇ ਮਸਲੇ ਨੇ, ਦੰਦ ਹਿਲਦੇ ਨੇ, ਦਰਦ ਕਰਦੇ ਨੇ, ਜਾਂ ਜਿਹੜੇ ਮਸੂੜੇ ਫੁੱਲ ਜਾਂਦੇ ਨੇ ਉਹਨਾਂ 'ਚੋਂ ਰੇਸ਼ਾ ਪੀਪ ਨਿਕਲਦਾ, ਖੂਨ ਨਿਕਲਦਾ ਬੁਰਸ਼ ਕਰਨ ਲੱਗਿਆਂ, ਇਹ ਸਾਰੇ ਮਸਲੇ ਇਨਸ਼ਾਅੱਲਾ ਤਾਲਾ ਇੱਕ ਨਿੰਬੂਰ ਜਿਹੜਾ ਨਾ ਉਹ ਅੱਲਾ ਪਾਕ ਦੇ ਫਜ਼ਲੋ ਕਰਮ ਨਾਲ ਹੱਲ ਕਰ ਦੇਗਾ। ਇਹ ਸਾਦਾ ਨਹਾਇਤ ਸਾਦਾ ਟੋਟਕਾ ਹੈ ਜਿਹੜਾ ਕਿ ਹਰ ਬੰਦਾ ਈਜ਼ੀਲੀ ਕਰ ਸਕਦਾ, ਅਤੇ ਇਹ ਤੁਸੀਂ ਕਰੋ, ਅੱਗੇ ਵੀ ਲੋਕਾਂ ਤਾਂ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਨੂੰ ਫਾਇਦਾ ਹੋਏ। ਅਤੇ ਨਿੰਬੂ ਕੋਈ ਜਿਹੜਾ ਇਹਦੇ ਕੋਈ ਸਾਈਡ ਇਫੈਕਟ ਨਹੀਂ, ਕੋਈ ਇਹਦੇ ਨਾਲ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗ ਜਾਣੀ ਕਿ ਕਰਨ ਨਾਲ ਤੁਸੀਂ ਪਰੇਸ਼ਾਨ ਹੋਵੋ, ਪਤਾ ਨਹੀਂ ਯਾਰ ਤੁਸੀਂ ਕੀ ਟੋਟਕਾ ਦੱਸਿਆ। ਆਸਾਨ ਸਾਦਾ ਟੋਟਕਾ ਜਿਹਦੇ ਨਾਲ ਕੋਈ ਮਸਲਾ ਤੁਹਾਡਾ ਨਹੀਂ ਹੋਣਾ, ਬਲਕਿ ਕਈ ਮਸਲੇ ਤੁਹਾਡੇ ਹੱਲ ਕਰ ਦੇਵੇ। ਅਤੇ ਦਿਓ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖੋ, ਰੱਬ ਰਾਖਾ ਜੀ।